ਅੱਜ ਚੱਲਿਆ ਯਾਰ ਲੌਂਗ ਰੋਡ ਟ੍ਰਿਪ 'ਤੇ ਅਤੇ ਯਾਰ ਤਿਤਲੀਆਂ ਵੱਜ ਵੱਜ ਕੇ ਨਾ ਬਹੁਤ ਜ਼ਿਆਦਾ ਖਰਾਬ ਹੋਇਆ। 500 ਦੇ ਲੱਗੇ ਜਿਹੜੀ ਆ ਸਭ ਤੋਂ ਲੌਂਗ ਟ੍ਰਿਪ ਹੋਣ ਵਾਲੀ ਆ ਸਾਡੀ, ਇਹ ਹੈਗੀ 120 ਤੋਂ 150 ਕਿਲੋਮੀਟਰ ਤੱਕ। ਅਤੇ ਫਾਈਨਲੀ ਯਾਰ ਕਿੰਨੇ ਹੋ ਗਏ, 52 ਕਿਲੋਮੀਟਰ ਹੋ ਗਿਆ ਕਵਰ। ਅਤੇ ਹੁਣ ਯਾਰ ਅੱਧੇ ਰਾਹ ਆਪਾਂ ਡਰਾਈਵ ਕਰਾਂਗੇ। ਅਤੇ ਇੱਕ ਯਾਰ ਗਰਮੀ ਬਹੁਤ ਸੀ ਅਤੇ ਮੈਂ ਹਾਂ ਰੋਕੀ ਜੀ ਯਾਰ ਪਸੀਨਾ ਆਉਣ ਡਿਆ। ਵੈਲਕਮ ਬੈਕ ਗਾਈਸ, ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ। ਤੁਹਾਡਾ ਇੱਕ ਫਿਰ ਤੋਂ ਯਾਰ ਨਵੇਂ ਵਲੋਗ ਦੇ ਵਿੱਚ ਸਵਾਗਤ ਹੈ। ਅਤੇ ਟਾਈਟਲ ਥੰਬਨੇਲ ਤੋਂ ਯਾਰ ਪਤਾ ਲੱਗ ਜਾਂਦਾ ਪਹਿਲਾਂ ਹੀ, ਅਤੇ ਸੋ ਇੱਕ ਵਾਰ ਦੱਸ ਦਈਏ ਫਿਰ। ਅੱਜ ਚੱਲਿਆ ਯਾਰ ਲੌਂਗ ਰੋਡ ਟ੍ਰਿਪ 'ਤੇ, ਅਤੇ ਜਿਹੜੀ ਆ ਸਭ ਤੋਂ ਲੌਂਗ ਟ੍ਰਿਪ ਹੋਣ ਵਾਲੀ ਆ ਸਾਡੀ, ਇਹ ਹੈਗੀ 120 ਤੋਂ 150 ਕਿਲੋਮੀਟਰ ਤੱਕ। ਅਤੇ ਯਾਰ ਅਸੀਂ ਜਾਣਾ ਵਾ ਜਗਰਾਓ ਜਾਣਾ ਇੱਥੋਂ ਤੋਂ। ਅਤੇ ਬਾਕੀ ਯਾਰ ਵਲੋਗ ਮੈਂ ਤਾਂ ਜ਼ਰੂਰ ਰੱਖਿਓ, ਬਹੁਤ ਇੰਟਰਸਟਿੰਗ ਹੋਣ ਵਾਲਾ। ਅਤੇ ਸੋ ਯਾਰ ਮੋਟਰਸਾਈਕਲ ਕੱਲ੍ਹ ਸਾਫ਼ ਕੀਤਾ ਸੀ, ਤੈਂ ਚੈੱਕ ਕਰੋ ਲਿਸ਼ਕੋਰਾ ਮਾਰਨ ਡਿਆ। ਅਤੇ ਬਸ ਆਪਾਂ ਇੱਥੋਂ 15-20 ਮਿੰਟ ਤੱਕ ਆਪਾਂ ਤੁਰ ਪੈਣਾ। ਅਤੇ ਟਾਈਮ ਹੋ ਗਿਆ 8:30 ਹੁੰਦੇ ਆ, ਅਤੇ 11-12 ਵੱਜ ਜਾਣੇ ਸਾਨੂੰ ਜਾਂਦੇ ਜਾਂਦੇ ਆ। ਅਤੇ ਸੋ ਚਲੋ ਕਰਦੇ ਵਲੋਗ ਨੂੰ ਸਟਾਰਟ, ਅਤੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ। ਫਾਈਨਲੀ ਯਾਰ ਤਿਆਰ ਹੋ ਗਿਆ, ਮੂੰਹ 'ਤੇ ਕਰ ਲਿਆ ਯਾਰ ਮਾਸਕ ਬੰਨ ਲਿਆ ਕਿਉਂਕਿ ਟ੍ਰੈਨਿੰਗ ਹੁੰਦੀ ਆ। ਅਤੇ ਸੋ ਇੱਧਰ ਵੀ ਚੈੱਕ ਕਰੋ, ਐਨ ਟੂਨ ਕੇ ਲੱਗ ਗਿਆ ਤਿਆਰ ਆ। ਅਤੇ ਬਸ ਯਾਰ ਚੱਲੇ ਆ, ਬੈਗ ਬੂਗ ਪਾ ਲਿਆ, ਅੱਧਾ ਸਮਾਨ ਆ, ਮਾਸਕ ਆ ਜਿਹੜਾ ਉਹ ਵੀ ਲਾਵਾਂਗੇ ਰਾਹ 'ਚ ਜਦੋਂ ਕਰਾਂਗੇ ਆਪਾਂ ਡਰਾਈਵ। ਸੋ ਯਾਰ ਚੱਲੇ ਆ, ਪਹਿਲਾਂ ਜਾਣਾ ਯਾਰ ਪੈਟਰੋਲ ਭਰਾਉਣਾ ਵਾ, ਅਤੇ ਫਿਰ ਜਾਂਦੇ ਯਾਰ ਗਾੜੀ 'ਚ। ਚਲੋ ਕਰਦੇ ਵਲੋਗ ਅੱਗੇ ਕੰਟੀਨਿਊ। ਅਤੇ ਯਾਰ ਫਿਰ ਤਾਂ ਕਰਾ ਲਿਆ ਫੁੱਲ, ਅਤੇ ਹੁਣ ਜਾਂਦੇ ਆ, ਅਤੇ ਬਾਕੀ ਐਵਰੇਜ ਵਿੱਚ ਕੱਢ ਲਾਂਗੇ ਅੱਗੇ। ਅਤੇ ਬਾਕੀ ਯਾਰ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਚੱਲ ਗਏ ਆ, ਅਤੇ ਹੁਣ ਯਾਰ ਲੇਟ ਹੋ ਗਏ ਆ, 9:30 ਹੋ ਗਏ ਆ। 8:30 ਤੁਰਨ ਦਾ ਪਲੈਨ ਹੀ, ਪਰ ਕੋਈ ਨਹੀਂ ਲੇਟ ਹੋ ਜਾਂਦਾ ਯਾਰ ਤਿਆਰ। ਅਤੇ ਬਾਕੀ ਯਾਰ ਹਵਾ ਨਾ ਬਹੁਤ ਜ਼ਿਆਦਾ ਤੇਜ਼ ਆ, ਅਤੇ ਸੋ ਯਾਰ ਪੱਗਦੇ ਮੈਂ ਹਾਂ ਰੁਮਾਲ ਬੰਨੀਏ ਕਹਿੰਦੇ। ਬਾਕੀ ਤਾਂ ਯਾਰ ਰੁਮਾਲ ਛੋਟਾ ਵਾ, ਇਹ ਨਾ ਵੇ ਰਾਹ 'ਚ ਉੱਡ ਜੇ, ਮੈਨੂੰ ਤਾਂ ਲੱਗਣ ਦਿਆ ਵਾ ਵੈਸੇ, ਕਿਉਂਕਿ ਯਾਰ ਪੱਗ 'ਚ ਆਉਣ ਨਹੀਂ ਦਿਆ ਪੂਰਾ। ਚਲੋ ਬਾਕੀ ਵੇਖ ਲੈਂਦੇ। ਅਤੇ ਬਾਕੀ ਯਾਰ ਆਪਾਂ 15 ਕਿਲੋਮੀਟਰ ਜਿਹੜਾ ਆਪਾਂ ਕਵਰ ਕਰ ਲਿਆ ਵਾ, ਅਤੇ ਹੋਰ 100 ਕਿਲੋਮੀਟਰ ਹਾਲੇ ਪਿਆ ਜੋ। ਅਤੇ ਬਾਕੀ ਯਾਰ ਉਹ ਵੀ ਛੇਤੀ ਕਰ ਲਵਾਂਗੇ ਕਵਰ, ਅਤੇ ਜਾਣਦੇ ਹਾਂ ਹੁਣ ਯਾਰ। ਇੱਕ ਤਾਂ ਹਵਾ ਇੰਨੀ ਤੇਜ਼ ਆ ਨਾ, ਇੱਕ ਤਾਂ ਰੁਮਾਲ ਛੋਟਾ ਆ ਗਿਆ ਵਾ, ਤੇ ਯਾਰ ਹੁਣ ਰੁਕੇ ਸੀ 2 ਮਿੰਟ ਰਾਹ ਦੇ ਵਿੱਚ ਕਿਉਂਕਿ ਪਾਣੀ ਪੂਣੀ ਪੀਏ ਯਾਰ। 30 ਕਿਲੋਮੀਟਰ ਆਪਾਂ ਕਵਰ ਕਰ ਆਏ ਆ, ਅਤੇ ਰਹਿ ਗਿਆ ਥੋੜ੍ਹਾ ਹੋਰ। ਅਤੇ ਫਾਈਨਲੀ ਯਾਰ
ਕਿੰਨੇ ਹੋ ਗਏ? 52 ਕਿਲੋਮੀਟਰ ਹੋ ਗਿਆ ਕਵਰ। ਅਤੇ ਹੁਣ ਯਾਰ ਅੱਧੇ ਰਾਹ ਆਪਾਂ ਡਰਾਈਵ ਕਰਾਂਗੇ, ਅਤੇ ਯਾਰ ਮਾਸਕ ਮੈਂ ਵੇਅਰ ਕਰਦੇ ਨਾਲੇ ਅੱਜ, ਅਤੇ ਸੋ ਪਹਿਲਾਂ ਯਾਰ ਆਰਮਾ ਲੱਗੀ ਚੇਂਜ ਕਰਦੇ ਯਾਰ, ਇਹ ਇਸਤੇਮਾਲ ਕਰਦੇ ਮਾਸਕ ਕਰਦੇ। ਯਾਰ ਹੁਣ ਇੱਦਾਂ ਦਾ ਛੇਤੀ ਛੇਤੀ ਚ ਕੀਤਾ ਵਾ, ਜਿੱਦਾਂ ਦਾ ਵੀ ਆ ਠੀਕ ਹੈ। ਚਲੋ ਹੁਣ ਚੱਲੀਏ ਆਪਾਂ ਕਰਦੇ ਰਾਈਡ, ਅਤੇ ਚਲੋ। ਅਤੇ ਯਾਰ ਨਕੋਦਰ ਹਲੇ ਪਹੁੰਚੇ ਆ, ਅਤੇ ਇੱਥੋਂ ਰਹਿ ਗਿਆ ਵਾ 45 ਕੁ ਕਿਲੋਮੀਟਰ ਹੋਰ, ਅਤੇ ਸੋ ਬਾਕੀ ਯਾਰ ਰੁਕੇ ਸੀ 2 ਮਿੰਟ, ਅਤੇ ਹੁਣ ਚੱਲੇ ਚੱਲੀਏ ਫਿਰ। ਚਲੋ ਯਾਰ 60 ਕਿਲੋਮੀਟਰ ਆਪਾਂ ਕਰ ਲਿਆ ਕਵਰ। ਫਾਈਨਲੀ ਯਾਰ ਨਾਨਕਸਰ ਪਹੁੰਚ ਗਿਆ, ਅਤੇ ਇੱਥੇ ਯਾਰ ਮੋਟਰਸਾਈਕਲ ਨੂੰ ਮੱਥਾ ਟਿਕਾਉਣਾ ਸੀ, ਅਤੇ ਤਾਂ ਕਰਕੇ ਮੋਗਾ ਅਤੇ ਜਗਰਾਊਂ ਤੋਂ ਵੀ ਲੱਗ ਹੀ ਪੈਂਦੇ ਆ, ਅਤੇ ਬਾਕੀ ਯਾਰ ਆ ਗਏ ਆ, ਅਤੇ ਟਾਈਮ 12:30 ਹੋ ਚੱਲੇ ਆ, 9:30 ਤੁਰੇ ਸੀ ਅਤੇ 12:30 ਹੋ ਚੱਲੇ ਆ, ਅਤੇ ਬਸ ਜਾਣਦੇ ਆ। ਯਾਰ ਫੇਸ ਮਾਸਕ ਡਿੱਗ ਗਿਆ ਰਾਹ 'ਚ। ਅਤੇ ਯਾਰ ਬਾਬਾ ਜੀ ਨੇ ਵੀ ਆਪਣੇ ਦਰਸ਼ਨ ਦਿੱਤੇ ਆ, ਅਤੇ ਨਾਲੇ ਯਾਰ ਹਾਰ ਪਾਇਆ ਮੋਟਰਸਾਈਕਲ 'ਤੇ, ਅਤੇ ਬਸ ਯਾਰ ਮੱਥਾ ਟੇਕ ਲਿਆ ਵਾ, ਅਤੇ ਹੁਣ ਬਸ ਚੱਲਦੇ ਆਪਾਂ ਵਾਪਸ, ਅਤੇ ਟਾਈਮ ਹੋ ਗਿਆ 4:43 4 ਵੱਜ ਚੱਲੇ ਆ, ਅਤੇ ਜਾਂਦੇ ਆ 8:09 ਪੱਕੇ ਆ, ਅਤੇ ਚਲੋ ਯਾਰ ਜਾਂਦੇ ਫਿਰ। ਨਾਨਕਸਰ ਤੋਂ ਆਪਾਂ ਤੁਰ ਗਏ ਆ, ਅਤੇ ਬਾਕੀ ਯਾਰ ਫੋਨ ਦਾ ਚਾਰਜਰ ਡੈਡ ਹੋ ਗਿਆ, ਇੰਨਾ ਫਾਇਦਾ ਅਤੇ ਫੋਨ ਦੇ ਵਿੱਚ ਹੈਗਾ ਵਾ ਚਾਰਜਰ, ਅਤੇ ਜੋ ਯਾਰ USB ਪੋਰਟ ਸੀ ਅਤੇ ਨਾਲ ਤਾਰ ਲਿਆਂਦੀ, ਯਾਰ ਗਰਮੀ ਕਰਕੇ ਨਾ ਬਹੁਤ ਛੇਤੀ ਡੈਡ ਹੁੰਦਾ, ਅਤੇ ਬਾਕੀ ਯਾਰ ਰਾਤ ਹਲੇ ਵੇਖੋ ਸ਼ਾਇਦ ਦੂਜੀਏ ਕਿਤੇ, ਅਤੇ ਹਲੇ ਤਾਂ ਚੱਲੇ ਯਾਰ ਬਹੁਤ ਲੇਟ ਹੋ ਗਈ ਆ। ਚਲੋ A few moments later. ਅਤੇ ਹੁਣ ਯਾਰ ਰੁਕੇ ਸੀ ਰੋਹ ਪੀਣ ਨੂੰ, ਲੈਮਨ। ਅੱਛਾ, ਅਤੇ ਇੱਕ ਯਾਰ ਗਰਮੀ ਬਹੁਤ ਸੀ, ਮੈਂ ਰੋਕੀ ਯਾਰ
ਪੀਣਾ ਹੋ ਗਿਆ ਨਾਲ ਠੰਡਾ ਠੰਡਾ ਬੀਅਰ, ਮੈਂ ਤਾਂ ਰੋਜ਼ ਟਰਾਈ ਹੈ, ਇੰਨੇ ਕਿਰਾਇਆ ਲੈ ਮੈਂ ਨਿੰਬੂ ਬਾਕੀ ਬਸ ਤੋਂ ਆਉਂਦੇ ਪਿਆ। ਪੀਣਾ ਹੀ ਉਹ ਯਾਰ ਕੰਮ ਹੋ ਗਿਆ ਵੀਡੀਓ ਦੇ ਚੱਕਰ 'ਚ, ਚਲੋ ਕੋਈ ਨਹੀਂ ਥੋੜ੍ਹਾ ਬਹੁਤਾ ਹੀ ਹੈ ਹਾਲੇ। ਇੰਨਾ ਬੂਟਾ ਦਾ ਬਚਾਅ ਹੋ ਗਿਆ, ਚਿੱਟੇ ਬੂਟ ਆ ਅਤੇ ਘਰੋਂ ਗਾਲਾਂ ਬਹੁਤ ਪੈਣੀਆਂ ਸੀ ਜੇ ਹੋ ਜਾਂਦੇ ਨਾ ਯਾਰ। ਰੋ ਪੀ ਕੇ ਅਤੇ ਹੁਣ ਚੱਲੇ ਯਾਰ, ਥੋੜ੍ਹਾ ਬਹੁਤਾ ਸਾਹ ਲਿਆ ਆਪਾਂ, 10 ਮਿੰਟ ਰੁਕੇ ਆ ਅਤੇ ਚੱਲੇ ਬਸ ਹੁਣ ਇੱਥੋਂ। ਐਨਕਾਂ ਚੈੱਕ ਕਰੋ, ਇੱਧਰ ਮਾਸਕ ਯਾਰ, ਇੱਧਰ ਵੇਖੋ ਯਾਰ, ਤਿੱਤਲੀਆਂ ਵੱਜ ਵੱਜ ਕੇ ਨਾ ਬਹੁਤ ਜ਼ਿਆਦਾ ਖਰਾਬ ਹੋਇਆ। ਆਹੋ ਯਾਰ ਅਤੇ ਯਾਰ ਰਾਹ 'ਚ ਹੁੰਦਿਆਂ ਭੁੱਖ ਲੱਗ ਗਈ ਸੀ ਅਤੇ ਫਿਰ ਆਏ ਆ ਯਾਰ ਇੱਥੇ ਮੈਕੜੀ, ਅਤੇ ਇੱਥੋਂ ਪਹਿਲਾਂ ਖਾਂਦੇ ਆ ਕੁਝ ਅਤੇ ਫਿਰ ਜਾਂਦੇ ਯਾਰ ਘਰ ਵਾਪਸ, ਕਿਉਂਕਿ ਯਾਰ ਭੁੱਖ ਲੱਗੀ ਕਿਤੇ, ਇੰਨੀ ਲੌਂਗ ਟ੍ਰਿਪ ਆ ਅਤੇ ਭੁੱਖ ਤਾਂ ਲੱਗ ਜਾਂਦੀ ਯਾਰ। ਅਤੇ ਫਾਈਨਲੀ ਯਾਰ ਮੈਕਡੀ ਤੋਂ ਖਾ ਕੇ ਆ ਗਏ ਅਤੇ ਹੁਣ ਯਾਰ ਚੱਲੇ ਵੇਖੋ, ਹਨੇਰਾ ਹੋ ਗਿਆ, ਤੁਹਾਨੂੰ ਕਿਹਾ ਸੀ ਆਪਾਂ ਲੇਟ ਹੋਣਾ ਵਾ ਅਤੇ ਹੁਣ ਬਾਕੀ ਯਾਰ ਫੈਮਲੀ ਸੀ ਉਹ ਗੱਡੀ 'ਤੇ ਆਈ ਸੀ ਅਤੇ ਆਪਾਂ ਆਏ ਸੀ ਯਾਰ ਬਾਈਕ 'ਤੇ ਅਤੇ ਹੁਣ ਚੱਲੇ ਯਾਰ। ਅਤੇ ਬਾਕੀ ਯਾਰ ਹਾਲੇ ਪਤਾ ਨਹੀਂ ਕਿੰਨੇ ਮਿੰਟ ਦਾ ਵਲੋਗ ਹੋਇਆ ਨਹੀਂ ਹੋਇਆ, ਇਹ ਪਤਾ ਲੱਗ ਜੂੰਗਾ, ਨਹੀਂ ਤਾਂ ਬਾਕੀ ਯਾਰ ਕੱਲ੍ਹ ਕਰਾਂਗੇ ਕੰਟੀਨਿਊ। ਤੋ ਯਾਰ ਹੁਣ ਤਾਂ ਹੋ ਗਈ ਆ ਰਾਤ, ਚੱਲੀਏ ਮਿੰਟੋ ਮਿੰਟ, ਅੱਗੇ ਬਹੁਤ ਲੇਟ ਹੋਏ ਆ ਅਤੇ ਬਾਕੀ ਚਲੋ